ਪੰਚਾਇਤੀ ਜ਼ਮੀਨ ਤੇ ਜਿਹੜੇ ਕਬਜ਼ੇ ਹੋਏ ਹੋਏ ਨੇ ਇਹਨਾਂ ਨੇ ਫੇਰ ਅਲਟੀਮੇਟ ਦਿੱਤਾ ਹੈ ਵੀ ਕਬਜ਼ੇ ਛੱਡ ਦਿਓ ਦੂਸਰੇ ਪਾਸੇ ਆਪਾਂ ਗੱਲ ਕੀਤੀ ਹੈ ਜਿਨ੍ਹਾਂ ਨੇ ਘਰ ਪਾ ਚੁੱਕੇ ਨੇ ਜਿਨ੍ਹਾਂ ਨੇ ਕੋਠੀਆਂ ਉਹਦੇ ਘਰ ਬਨੇਰੇ ਖੜੇ ਕਰ ਚੁੱਕੇ ਨੇ ਉਹ ਪੰਚਾਇਤੀ ਜ਼ਮੀਨ ਤੇ ਚਲੋ ਪਤਾ ਨਹੀਂ ਸੀ ਜਾਂ ਕੁਝ ਲੋਕਾਂ ਨੇ ਜਾਬਜੇ ਕਰ ਲਿਆ ਹੋਊਗਾ ਇਹਦਾ ਹੱਲ ਕੀ ਹੈ ਵੀ ਉਹ ਹੁਣੇ ਤਾਂ ਕਹਿਣਗੇ ਵੀ ਇਸ ਤਾਂ ਇੱਕ ਵੈਸੇ ਇਹਨਾਂ ਨੇ ਕਿਹਾ ਹੈ ਕਹਿੰਦੇ ਵੀ ਪੈਸੇ ਭਰਾਵਾਂਗੇ ਪੈਸੇ ਭਰੋਣੇ ਜਾਇਜ਼ ਨੇ ਜਾਂ ਕੋਈ ਹੋਰ ਹੱਲ ਹੋਣਾ ਚਾਹੀਦਾ ਦੇਖੋ ਖੇਤੀਬਾੜੀ ਮੰਤਰੀ ਨਾਲ ਸੱਡੀ ਮੀਟਿੰਗ ਹੋਈ ਸੀ ਇਸ ਬਿਸ਼ੇ ਤੇ ਜੀ ਵੀ ਜਿਹੜੇ ਜ਼ਮੀਨਾਂ ਦੱਬੀਆਂ ਹੋਈਆਂ ਨੇ ਵੱਡੇ ਮਾਲਕਾਂ ਨੇ ਹਮ ਇਹਨਾਂ ਕੋਲੇ ਪਹਿਲੇ ਹੀ ਪੰਜਾ 50 60 70 ਕੀ ਲੈਨੇ ਜੀ ਉਹਨਾਂ ਤੋਂ ਤੁਸੀਂ ਜ਼ਮੀਨਾਂ ਛੜਾ ਸਕਦੇ ਜੀ ਜਿਹੜੇ ਹਾਈ ਚਾਰ ਚਾਰ ਛੇ ਛੇ ਕਨਾਲ ਚ ਬੈਠੇ ਨੇ ਪੰਚਾਇਤ ਜ਼ਮੀਨ ਚ ਉਹਨਾਂ ਤੋਂ ਮਿਨੀਮਮ ਰੇਟ ਕਿਸ਼ਤਾਂ ਵਿੱਚ ਲੈ ਕੇ ਉਹਨਾਂ ਨੂੰ ਮਾਲਕ ਬਣਾ ਕੇ ਮਾਲਕੀ ਦੇ ਹੱਕ ਦੇ ਜੀ ਉਹਨਾਂ ਦਾ ਉੱਤੇ ਰਜਕਾਰ ਚੱਲਦਾ ਕਿਸੇ ਦੀ ਰੋਟੀ ਨਾ ਜਾੜੋ ਹਮ ਜਿਹੜੇ ਘਰ ਪਏ ਹੋਏ ਨੇ ਪਲੇ ਹੈ ਘਰ ਕਿਸੇ ਦਾ ਵੀ ਹੈ ਉਹ ਤੋਂ ਕੀਮਤ ਲੈ ਲਓ ਜੇ ਗਰੀਬ ਆ ਉਹਦੀਆਂ ਕਿਸ਼ਤਾਂ ਵੱਧ ਕਰ ਦਿਓ ਜੇ ਤਕੜਾ ਉਹ ਤੋਂ ਤੁਰਤ ਪੈਸੇ ਲੈ ਲਓ ਜੀ ਇਸ ਕਰਕੇ ਉਹਨਾਂ ਨੂੰ ਵੀ ਮਾਲਕੀ ਹੱਕ ਦੇ ਦਿਓ ਇਹ ਘਰ ਢਾਉਣਾ ਚੰਗਾ ਨਹੀਂ ਲੱਗਦਾ ਤੁਸੀਂ ਤਾਂ ਉਹਨਾਂ ਲੋਕਾਂ ਦੇ ਘਰ ਤਏ ਨੇ ਜਿਨ੍ਹਾਂ ਦੇ ਦੋ ਡੰਗ ਦੀ ਰੋਟੀ ਨਹੀਂ ਪੱਕਦੀ ਇਸ ਕਰਕੇ ਉਹਨਾਂ ਵਾਸਤੇ ਜੇ ਤੁਹਾਨੂੰ ਜਗ੍ਹਾ ਦੀ ਲੋੜ ਹੈ ਤਾਂ ਪਹਿਲਾਂ ਮੁੜ ਬਸੇਬੇ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਬਿਠਾਓ ਮਨੁੱਖਤਾ ਤਾਂ ਇਹ ਗੱਲ ਕਹਿੰਦੀ ਹੈ ਜੀ 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 ਇਹ ਆ ਪਾਈਸੋ ਦਾ ਮਕਾਨ ਹੈ ਇੱਥੇ ਅਸੀਂ ਨੇ ਕੋਈ ਜ਼ਰੂਰੀ ਚੀਜ਼ ਬਣਾਉਣੀ ਹੈ ਇਹ ਜਿੱਥੇ ਜਗ੍ਹਾ ਦੀ ਲੋੜ ਹੈ ਉਹਨਾਂ ਦੀ ਤਸੱਲੀ ਮੁਤਾਬਕ ਉਹਨਾਂ ਨੂੰ ਬੜ ਦਾ ਮਾਮਜ਼ਾ ਦੇ ਕੇ ਉਹਨਾਂ ਦੇ ਬਸੇਬੇ ਦਾ ਮੁੜ ਪ੍ਰਬੰਧ ਕਰੋ ਤਾਂ ਕਿ ਸੀਸਾ ਦੇਣ ਲੋਕ ਸਨ ਤੁਸੀਂ ਲਤੀਪੁਰੇ ਦੀ ਗੱਲ ਕਰੀ ਹੈ ਬਠਿੰਡੇ ਦੀ ਗੱਲ ਕਰੀ ਹੈ ਦੂਰ ਨਾ ਜਾਈਏ ਆਪਾਂ ਸੁਨਾਮ ਦੇ ਵਿੱਚ ਇੱਕ ਘਟਨਾ ਵਾਪਰਨ ਵਾਲੀ ਹੈ ਉੱਥੇ ਸ਼ਹਿਰ ਦੇ ਵਿੱਚ ਇੱਕ ਬੋਰਡ ਲੱਗ ਚੁੱਕਾ ਹੈ ਵੀ ਬਹੁਤ ਸਾਰੇ ਰੈਸ਼ੀ ਸ਼ਾਇਦ 64 ਏਕੜ ਆ ਸ਼ਾਇਦ ਮੈਨੂੰ ਲੱਗਦਾ ਹੈ 바ਵਾ ਜ਼ਮੀਨ ਹੈ ਉੱਥੇ ਜਿੱਥੇ ਲੋਕ ਕਰ ਰਹੇ ਐ ਸ਼িকার ਚੁੱਕੇ ਨੇ ਕੋਈ ਬੰਦਾ ਆ ਕੇ ਜ਼ਮੀਨ ਲੈ ਲੈਂਦਾ ਹੈ ਰਜਿਸਟਰੀਆਂ ਕਰਾ ਕੇ ਵੇਚ ਦਿੰਦਾ ਜ਼ਮੀਨ ਹੁਣ ਉੱਥੇ ਬੋਰਡ ਲੱਗ ਗਿਆ ਵੀ ਪੰਜਾਬ ਵੱਖ ਬੋਰਡ ਦੀ ਜ਼ਮੀਨ ਹੈ ਇਹ ਨਜਾਇਜ਼ ਕਬਜ਼ੇ ਨੇ ਸੁਨਾਮ ਦੀ ਇੱਕ ਮੈਂ ਦੇਖ ਕੇ ਆਂਗਾ ਜੀ ਉਹ ਕਰਨੀ ਬਾਕੀ ਹੈ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਪੁੱਛ ਲਓ ਸੁਨਾਮ ਦੇ ਅਧਿਕਾਰੀਆਂ ਨੂੰ ਐਸਡੀਐਮ ਸਾਹਿਬ ਨੂੰ ਪੁੱਛ ਲਓ ਡੀਸੀ ਸਾਹਿਬ ਨੂੰ ਪੁੱਛ ਲਓ ਵੀ ਜਿਹੜੀਆਂ ਸੁਨਾਮ ਦੀਆਂ ਕਚਹਿਰੀਆਂ ਨੇ ਜਿੱਥੇ ਪੰਜਾਂ ਹੋ ਜਾਂਦੇ ਨੇ ਹੂੰ ਉਹ ਸਰਕਾਰ ਦੇ ਨਾਂ ਨੇ ਕਾਗਜ਼ ਘੜਾਉਂਦੇ ਜੀ ਉਹ ਵੀ ਕਿਸੇ ਮਾਲਕ ਦੇ ਨਾਂ ਬੋਲਦੇ ਨੇ ਪਹਿਲਾਂ ਤੁਸੀਂ ਉਹ ਛੱਡੋ ਹੂੰ ਤੁਸੀਂ ਬੈਕਵਾਰਡ ਦੀ ਜ਼ਮੀਨ ਨੂੰ ਕਢਾ ਰਹੇ ਹੋ ਸੁੱਤੇ ਪਏ ਹੋ ਅੱਜ ਉਹ 60 ਸਾਲਾਂ ਤੋਂ 17 ਸਾਲਾਂ ਤੋਂ ਬਸਤੀ ਬਣ ਗਈ ਉਦੋਂ ਕਿਸੇ ਨੇ ਰੋਕਿਆ ਨਹੀਂ ਉਹ ਬੈਕਵਾਰਡ ਦੀਆਂ ਜ਼ਮੀਨਾਂ ਤੇ ਉਹਨਾਂ ਨੇ ਮਕਾਨ ਪਾ ਲਏ ਕੌਣ ਹੈ ਦੋਸ਼ੀ ਇਹਦਾ ਇਹਨੂੰ ਪੜਤਾਲ ਕਰ ਲੋ ਉਹ ਤਾਂ ਨਹੀਂ ਦੋਸ਼ੀ ਜਿਹੜੇ ਮਕਾਨ ਪਾ ਕੇ ਰਹਿ ਰਹੇ ਨੇ ਹੂੰ ਉਹਨਾਂ ਨੂੰ ਸਜ਼ਾ ਕਿਉਂ ਦਿਓ ਮੇਰੇ ਕੋਲ ਇੱਕ ਮਤਲਬ ਇੱਕ ਔਰਤ ਆਈ ਸੀ ਨਾਲ ਉਹਦੇ ਕੁੜੀ-ਕੁੜੀ ਅਸੀ ਜੀ ਉਹ ਕਹਿੰਦੀ ਵੀ ਜਿਹੜੀ ਆ ਕੋਰਟ ਵਾਲੀ ਜ਼ਮੀਨ ਹੈ ਜਿੱਥੇ ਕਚੈਰੀ ਪਈ ਸਾਰੀ ਸਾਡੇ ਨਾਂ ਬੋਲਦੀ ਹੈ ਹਮ ਦੱਸੋ ਛੱਡਣਗੇ ਇਸ ਜੀ ਸਾਹਿਬ ਸਰਕਾਰ ਛੱਡੂਗੀ ਹਮ ਕੋਰਟ ਦੇ ਬਲੌਜੇ ਚੱਲ ਜਾਊਗਾ ਹਮ ਜੇ ਗਰੀਬਾਂ ਦੇ ਘਰਾਂ ਤੇ ਬਲੌਜੇ ਚੱਲਦਾ ਤਾਂ ਤੁਹਾਡੇ ਮਹਿਲ ਵਰਗੇ ਜਿਹੜੀਆਂ ਬਿਲਡਿੰਗਾਂ ਪਾਈਆਂ ਪੈਨੂੰ ਤੇ ਬਲੌਜੇ ਚਲਾਉਂਗੇ ਤੁਸੀਂ ਹਮ ਅੱਜ ਤਾਂ ਇਹ ਕਹਿਣਾ ਵੀ ਤੁਸੀਂ ਉਹਨਾਂ ਤੇ ਵੀ ਨਾ ਚਲਾਓ ਇਹਨਾਂ ਦੇ ਵੀ ਨਾ ਚਲਾਓ ਹੂੰ ਜਿਹਦੀ ਮਾਲਕੀਆ ਉਹਨੂੰ ਜ਼ਮੀਨ ਜਿੰਨੀ ਬਣਦੀ ਹੈ ਜ਼ਮੀਨ ਦੇ ਦਿਓ ਮਾਮਜਾ ਦੇ ਦਿਓ ਉਹਨੂੰ ਸੈੱਟ ਕਰੋ ਹੂੰ ਜਿਹੜੀਆਂ ਬੈਕਬੋਰਡ ਦੀਆਂ ਜ਼ਮੀਨਾਂ ਸੀ ਜੇ ਉਹਨਾਂ ਨੇ ਲਿੱਥੀ ਪੂਰੇ ਬਾਗ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਸੁਨਾਮ ਦੇ ਵਿੱਚ ਨਹੀਂ ਲੋਕ ਕਿਵੇਂ ਬਰਦਾਸ਼ਤ ਕਰਨਗੇ ਹੂੰ ਲੋਕ ਤਾਂ ਉੱਠਣਗੇ ਇਹਦਾ ਸੱਚੀ ਤੌਰ ਤੇ ਇਹ ਵਿਚਾਰਨ ਗਨਤਾ ਮਿਲੂਗਾ ਕਿ ਇਹਹੀ ਸਰਕਾਰ ਨੂੰ ਆ ਕੇ ਪਤਾ ਲੱਗੇ ਬੈਕਬੋਰਡ ਦੀਆਂ ਵੀ ਨੇ ਹੂੰ ਇਹ ਤੋਂ ਪਹਿਲਾਂ ਕਾਲੀ 10 ਸਾਲ ਰਾਜ ਕਰਗੇ ਕਾਂਗਰਸ ਨੇ 5 ਸਾਲ ਹੁਣ ਕੀਤਾ 10 ਸਾਲ ਪਹਿਲਾਂ ਕੀਤਾ ਹੂੰ ਉਹਨਾਂ ਨੇ ਕਿੰਨਾ ਚਿਰ ਰਾਜ ਕਰ ਲਿਆ ਇਹ 70 ਸਾਲਾਂ ਤੋਂ ਬਾਅਦ ਅੱਜ ਆ ਖੁਲੀ ਇਹ ਨਵੀਂ ਪਾਰਟੀ ਆਈ ਹੈ ਹੂੰ ਇਹ ਲੋਕਾਂ ਦੀ ਬਰੈਕ ਕੱਟਣ ਲਈ ਖਤਰਾ ਆਈ ਹੈ ਹੂੰ ਇਹ ਤਾਂ ਇਹ ਕੰਨਤੇ ਲਿਖਿਆ ਪੜੇ ਲੋਕ ਨਹੀਂ ਚੁੱਪ ਕਰਦੇ ਬੁਲਡੋਜ਼ਰ ਨਹੀਂ ਚੱਲ ਸਕਦੇ ਹੂੰ ਮਕਾਨੇਟਾ ਸਾਬ ਲੈਂਡ ਸੀਲਿੰਗ ਐਕਟ ਪਾਸ ਹੋਣਾ ਚਾਹੀਦਾ ਬਿਲਕੁਲ ਤਾਂ ਕਾਨੂੰਨ ਬਣਾਇਆ ਹੋਇਆ ਨਾ ਇਹਨਾਂ ਦਾ ਆਪਾਂ ਤਾਂ ਬਣਾਇਆ ਨਹੀਂ ਤੁਹਾਨੂੰ ਲੱਗਦਾ ਵੱਡੇ ਵੱਡੇ ਲਾਗੂ ਹੋਣਾ ਚਾਹੀਦੇ ਹੋ ਜਾਣਾ ਚਾਹੀਦੇ ਆ ਅਸੀਂ ਤਾਂ ਕਹਿ ਰਹੇ ਆ ਮੰਗ ਕਰਦੇ ਆ ਸਾਡੀ ਤਾਂ ਮੰਗ ਪਈ ਹੋਈ ਆ ਹੂੰ ਲੈਂਡ ਰਿਕਾਰਡਿੰਗ ਤੇ ਅਕਦੇੰ ਦਾ ਸਰਪਲਸ ਜ਼ਮੀਨਾਂ ਨੇ ਜਿਹੜੀਆਂ ਬੇਜ਼ਮੀਨਿਆਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਵੰਡੋ ਫਿਰ ਤੁਸੀਂ ਨਹੀਂ ਸੋਚਦੇ ਵੀ ਜਿਹੜੀ ਤਾਂ ਕਿਸਾਨੀ ਤੁਹਾਡੇ ਨੂੰ ਉਹ ਟੁੱਟੂਗੀ ਟੁੱਟ ਗਏ ਤਾਂ ਨਹੀਂ ਕਿਸਾਨ ਨੂੰ ਅਸੀਂ ਕੀ ਲੈਂਡ ਰਿਡਿੰਗ ਲੈਣੀਆਂ ਨੇ ਹੂੰ ਜਿਹੜੀ ਜ਼ਮੀਨ ਜਿਹੜੇ 15 15000 ਦੇ ਕਿ ਪਹਿਲਾਂ ਤਾਂ ਸਾਡੇ ਨਾਲ ਉਹੀ ਨਹੀਂ 100 100 ਏਕੜ ਵਾਲੇ 200 ਏਕੜ ਵਾਲੇ ਹੂੰ ਟੁੱਟੇ ਜੇ ਕੋਈ ਸਹ ਹੂੰ ਜਿਹੜੀ ਤਾਂ ਨਹੀਂ ਕਿਸਾਨੀ ਆ ਹੁਣ ਦੇਖੋ ਇੱਕ ਬਾਪ ਐ ਉਹਦੇ ਇਕੱਲਾ ਮੁੰਡਾ ਐ ਉਹ ਪਿਓ ਤੇ ਉਹਦੀ ਮਾਂ ਉਹ ਇੱਕ ਪਰਿਵਾਰ ਐ ਮੁੰਡਾ ਤੇ ਉਹਦੇ ਘਰ ਵਾਲੀ ਇੱਕ ਪਰਿਵਾਰ ਐ ਦੋ ਪਰਿਵਾਰਾਂ ਕੋਲੇ ਜਿਹੜੀ 17 ਏਕੜ ਦਾ ਮਤਲਬ 17.34 ਏਕੜ ਜਮੀਨ ਰਹਿ ਸਕਦੀ ਹੈ ਉਹਦੇ ਦਾ ਕਾਨੂੰਨੀ ਮਤਲਬ ਹੂੰ ਤੇ ਤੁਸੀਂ ਸਾਰੇ ਪੰਜਾਬ ਵਿੱਚ ਨਿਗਾਹ ਮਾਰ ਲਓ ਤੁਸੀਂ 34 ਏਕੜ ਤੋਂ ਵੱਧ ਵਾਲੇ ਕਿੰਨੇ ਕਿੰਨੇ ਨਿਕਲਣ ਹੂੰ ਇਹਨਾਂ ਬਾਦਲਾਂ ਦੇ ਟੋੜਿਆਂ ਇਹਨਾਂ ਦੀ ਜਿਹੜੇ ਵੱਡੇ ਅਮਰਿੰਦਰ ਹੋਰੀ ਨੇ ਜਿਨ੍ਹਾਂ ਦੇ 15-15000 ਦੇ 12-12000 ਦੇ ਵਿੱਚ ਤਾਂ ਇਹਨਾਂ ਦੇ ਫਾਰਮ ਹੀ ਨੇ ਹੂੰ ਬਾਦਲ ਦੇ ਸੰਸਕਾਰ ਤੇ ਚਾਰ ਕਿਲੇ ਦਾ ਕਿਨੂਆ ਦੀ ਪੱਟ ਤੇ ਇਹਨਾਂ ਨੂੰ ਜ਼ਮੀਨ-ਜਮੂੰਦੀ ਕਿੱਥੇ ਪਰਵਾਹ ਹੂੰ ਕਿਸੇ ਗਰੀਬ ਦਾ ਕਿਨੂਆ ਦਾ ਬੂਟਾ ਪੱਟ ਜੇ ਉਹ ਤਾਂ ਚੀਕ ਮਾਰਦਾ ਹੂੰ ਇਹਨਾਂ ਨੇ ਚਾਰ ਕਿਲੇ ਪੱਟ ਤੇ ਲੱਗੇ ਹੋਏ ਕਿਲੂ ਵੀ ਇਹਨਾਂ ਕੋਲੇ ਤਾਂ ਭਾਈ ਸਾਹਿਬ ਜਾ ਕੇ ਬਾਦਲ ਤੁਸੀਂ ਦੇਖੋ ਅੱਜ ਸਾਡਾ ਉਧਰ ਧਰਨਾ ਵੀ ਜਾ ਰਿਹਾ ਹੈ ਹੂੰ ਬਾਦਲ ਜਾ ਕੇ ਦੇਖੋ ਇਹਨਾਂ ਨੇ 5-5 6-6 ਕਿੱਲਾਂ ਦੀਆਂ ਕੋਠੀਆਂ ਪਾਈਆਂ ਹੋਈਆਂ ਨੇ 54 ਕਿੱਲੇ ਕੋਠੀ ਚ ਵੇਲੇ ਪੈਣੇ ਹੂੰ ਇੱਕ ਮਜ਼ਦੂਰ ਦੇ 2-3 ਮਜ਼ਦੂਰਾਂ ਦਾ ਪਰਿਵਾਰ ਪਾਲਦਾ ਨੇ ਇਹਦੀ ਕੋਠੀ ਦੇ ਵਿੱਚ ਚਾਰ ਦੁਵਾਰੀ ਦੇ ਵਿੱਚ ਹੂੰ ਇੰਨੀਆਂ ਜ਼ਮੀਨਾਂ ਇਹਨਾਂ ਕੋਲ ਵਾਧੂ ਪਈਆਂ ਨੇ ਜੀ ਜੀ ਉਹਨਾਂ ਜ਼ਮੀਨਾਂ ਦੀ ਗੱਲ ਕਰਦੇ ਆ ਜਦੋਂ ਛੋਟੇ ਦਰਕਦੇ ਹੂੰ